ਸੰਗਤ ਉਹਨਾਂ ਦੇ ਮੁੜ ਕੇ ਦਰਸ਼ਨਾਂ ਨੂੰ ਗਈ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਕੁਝ ਪਿਆਰਿਆਂ ਨੇ ਪੁੱਛਿਆ ਵੀ ਜਦੋਂ ਤੁਹਾਨੂੰ ਹਾਥੀ ਦੇ ਅੱਗੇ ਸੁੱਟਿਆ ਤੇ ਉਦੋਂ ਤੁਹਾਡੀ ਅਵਸਥਾ ਕੀ ਸੀ ਕੀ ਸੋਚ ਰਹੇ ਸੀ ਤੁਸੀਂ ਉਸ ਸਮੇਂ ਤੁਹਾਡੇ ਕੀ ਹਾਲਾਤ ਸੀ ਕਿ ਇੱਕ ਪਾਸੇ ਉਸ ਪਰਮਾਤਮਾ ਦਾ ਨਾਮ ਆ ਦੂਜੇ ਪਾਸੇ ਤੁਹਾਡੇ ਸਿਰ ਦੇ ਉੱਤੇ ਮੌਤ ਖੜੀ ਹੈ ਤੇ ਉਸ ਸਮੇਂ ਦੀ ਜਿਹੜੀ ਅਵਸਥਾ ਹੈ ਨਾ ਉਸ ਸਮੇਂ ਨੂੰ ਫਿਰ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਰਾਹੀਂ ਦੱਸਿਆ ਕੀ ਕਹਿੰਦੇ ਨੇ ਕਿ ਸਾਹਿਬ ਸੰਕਟਮੈ ਸੇਵਕ ਭਜੈ ਕਿ ਜਿਹੜਾ ਵੀ ਕੋਈ ਗੁਰੂ ਦਾ ਪਿਆਰਾ ਜਿਹੜਾ ਉਹਦਾ ਨਾਮ ਜਪਦਾ ਹੈ ਕਹਿੰਦੇ ਜਦੋਂ ਉਹਨੂੰ ਪਰਖਣ ਦੇ ਲਈ ਉਹ ਅਕਾਲ ਪੁਰਖ ਉਹਦੇ 'ਤੇ ਕੋਈ ਸੰਕਟ ਪਾਉਂਦਾ ਉਹਦੀ ਪ੍ਰੀਖਿਆ ਲੈਣ ਦੇ ਲਈ ਸੇਵਕ ਭਜੈ ਅਤੇ ਉਹ ਜਿਹੜਾ ਉਹਦਾ ਸੇਵਕ ਹੈ ਜਿਹੜਾ ਉਹਦਾ ਭਗਤ ਹੈ ਜੇ ਭੱਜ ਜਾਂਦਾ ਉਸ ਵੇਲੇ ਕਿਉਂਕਿ ਉਹਨੂੰ ਭਰੋਸਾ ਨਹੀਂ ਉਸ ਅਕਾਲ ਪੁਰਖ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਆਨ ਕੀਤੀਆਂ ਉਦਾਹਰਨਾਂ ਨੇ ਭਰੋਸਾ ਹੈ ਅਤੇ ਸਤਿਗੁਰ ਸੱਚੇ ਪਾਤਸ਼ਾਹ ਹਰ ਔਖੀ ਤੋਂ ਔਖੀ ਘੜੀ ਦੇ ਵਿੱਚ ਔਖੇ ਤੋਂ ਔਖੇ ਸਮੇਂ ਦੇ ਵਿੱਚ ਰਾਖੀ ਕਰਦੇ ਨੇ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਮ ਜੀ ਅਤੇ ਉਸ ਵੇਲੇ ਦੀ ਅਵਸਥਾ ਨੂੰ ਭਗਤ ਨਾਮਦੇਵ ਜੀ ਦੱਸਦੇ ਨੇ ਕਹਿੰਦੇ ਕਿ ਜਦੋਂ ਉਹ ਅਕਾਲ ਪੁਰਖ ਸੰਕਟ ਪਾਉਂਦਾ ਪ੍ਰੀਖਿਆ ਲੈਣ ਚਿਰੰਕਾਲ ਨਾਲ ਜੀ ਦਾ ਦੋ ਬੁੱਲ ਵੱਜਿਆ ਕਿ ਉਹ ਜਿਹੜਾ ਸੇਵਕ ਹੈ ਉਹ ਜਿਹੜਾ ਭਗਤ ਆ ਜੀ ਉਸ ਵੇਲੇ ਭੱਜ ਜਾਂਦਾ ਭਰੋਸਾ ਟੁੱਟ ਜਾਂਦਾ ਕਹਿੰਦੇ ਉਹਦਾ ਜੀਵਨ ਕੀ ਹੈ ਚਿਰੰਕਾਲ ਨਾਲ ਜੀਵੇ ਉਹਦਾ ਜ਼ਮੀਰ ਜ਼ਿਆਦਾ ਦੇਰ ਜੀਂਦਾ ਨਹੀਂ ਰਹਿੰਦਾ ਉਹ ਜ਼ਿਆਦਾ ਦੇਰ ਜੀਂਦਾ ਨਹੀਂ ਰਹਿੰਦਾ ਚਿਰੰਕਾਲ ਨਾਲ ਜੀਵੇ ਦੋ ਬੁੱਲ ਵੱਜਿਆ ਕਿ ਜਿਹੜਾ ਉਸ ਅਕਾਲ ਪੁਰਖ ਕੋਈ ਭੱਜ ਗਿਆ ਅਤੇ ਉਹਦੀਆਂ ਦੋਵਾਂ ਬੁੱਲਾਂ ਨੂੰ ਉਹ ਕਲੰਕ ਲਾਉਂਦਾ ਫਿਰ ਅੱਗੇ ਕਹਿੰਦੇ ਤੇਰੀ ਭਗਤ ਨਾ ਛੋਟੋ ਭਾਵੇਂ ਲੋਕ ਹੱਸੈ ਚਰਨ ਕਮਲ ਮੇਰੇ ਹੀ ਰਹਿ ਦੱਸੇ ਜੋ ਅੱਜ ਕੱਲ੍ਹ ਦਾ ਸਮਾਂ ਚੱਲਣ ਡਿਆ ਸੋਸ਼ਲ ਮੀਡੀਆ 'ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਇੰਸ ਦੇ ਨਾਲ ਰਲਾ ਕੇ ਜਾਂ ਕੁਝ ਗੱਲਾਂ ਇਹੋ ਜਿਹੀਆਂ ਕਰਕੇ ਬਾਣੀ ਨਾਲੋਂ ਬਹੁਤ ਤੋੜਨ ਡੇ ਲੋਕ ਐਸੇ ਪਰ ਸਾਨੂੰ ਲੋੜ ਹੈ ਇਹ ਗੱਲ ਸਮਝਣ ਦੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਸਤੇਮਾਲ ਕਰਦੀ ਹੈ ਭਗਤ ਨਾਮਦੇਵ ਜੀ ਕਹਿੰਦੇ ਤੇਰੀ ਭਗਤ ਨਾ ਛੋਟੋ ਭਾਵੇਂ ਲੋਕ ਹੱਸੇ ਕਿ ਲੋਕ ਜੋ ਮਰਜ਼ੀ ਕਹਿਣ ਕੋਈ ਮੇਰੇ 'ਤੇ ਹੱਸੇ ਕੋਈ ਮੈਨੂੰ ਟੀਚਰ ਕਰੇ ਕੋਈ ਕੁਝ ਕਰੇ ਕਹਿੰਦੇ ਮੈਂ ਤੇਰੀ ਭਗਤੀ ਨਹੀਂ ਛੱਡਦਾ ਇਹ ਉਸ ਸੇਵਕ ਦੀ ਅਵਸਥਾ ਹੈ ਜਿਹੜਾ ਅਕਾਲ ਪੁਰਖ ਦਾ ਨਾਮ ਜਪਦਾ ਹੈ ਫਿਰ ਅੱਗੇ ਕਹਿੰਦੇ ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮਾਡਾ ਹੈ ਕਿ ਜਦੋਂ ਸਾਡੀ ਕੋਈ ਕਮਾਈ ਕੀਤੀ ਹੋਵੇ ਨਾ ਕੋਈ ਚੋਰ ਲੈਣਾ ਜਿਵੇਂ ਜਾਂ ਕੋਈ ਸਾਡੀ ਮਾਇਆ ਸਾਡਾ ਪੈਸਾ ਸਾਨੂੰ ਜਾਂਦਾ ਦਿਸੇ ਕਹਿੰਦੇ ਆਪਣੇ ਉਸ ਧਨ ਨੂੰ ਬਚਾਉਣ ਦੇ ਲਈ ਮਰਨ ਤੱਕ ਜਾਂਦਾ ਬੰਦਾ ਕਿਸੇ ਚੋਰ ਨੂੰ ਇੱਦਾਂ ਹੀ ਥੋੜ੍ਹੀ ਫੜਾ ਦਿੰਦੇ ਅਸੀਂ ਵੀ ਸਾਡੀ ਕਮਾਈ ਆ ਅਤੇ ਚੱਲ ਲੈ ਜਾ ਬੰਦਾ ਮਰਨ ਤੱਕ ਜਾਂਦਾ ਆਪਣੇ ਪੈਸੇ ਬਚਾਉਣ ਲਈ ਭਗਤ ਨਾਮਦੇਵ ਜੀ ਕਹਿੰਦੇ ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡ ਕਿ ਜਿਹੜੇ ਉਹ ਅਕਾਲ ਪੁਰਖ ਦੇ ਪਿਆਰੇ ਆ ਉਹ ਉਹਦਾ ਨਾਮ ਨਹੀਂ ਛੱਡਦਾ ਉਹ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਸੱਚੇ ਪਾਤਸ਼ਾਹ ਦੇ ਪਿਆਰੇ ਸਾਡੇ ਕੋਲ ਜਿਹੜੀ ਪੂੰਜੀ ਹੈ ਉਹਦੇ ਨਾਮ ਦੀ ਪੂੰਜੀ ਹੈ ਉਹ ਕਹਿੰਦੇ ਛੱਡਦੇ ਨਹੀਂ ਗੰਗਾ ਦਇਆ ਗੋਦਾਵਰੀ ਸੰਸਾਰ ਕੇ ਕਾਮਾਂ ਕਿ ਜਿਹੜੇ ਤੀਰਥਾਂ 'ਤੇ ਜਾਣਾ ਗੰਗਾ 'ਤੇ ਜਾਣਾ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਸੰਸਾਰ ਦੇ ਕੰਮ ਨੇ ਕੋਈ ਪਰਮਾਤਮਾ ਇਹਨਾਂ ਗੱਲਾਂ ਦੇ ਨਾਲ ਨਹੀਂ ਰਿਝਦਾ ਅਸੀਂ ਸਿਰਫ ਤੀਰਥਾਂ 'ਤੇ ਜਾ ਕੇ ਨਹਾਵਣ ਤੋਂ ਤੀਰਥ ਕਰੇ ਪੂਜਨ ਤੋਂ ਬਹੁ ਦੇ ਮਨ ਗੌਦਾਲੇ ਬੜੇ ਤੀਰਥ ਨੇ ਬੜੇ ਦੇਵੀ ਦੇਵਤੇ ਨੇ 33 ਕਰੋੜ ਦੇਵੀ ਦੇਵਤੇ ਹਿੰਦੂ ਧਰਮ ਦੇ ਵਿੱਚ ਮੰਨਿਆ ਗਿਆ ਮਨ ਗੌਦਾਲੇ ਇਵੇਂ ਨਹੀਂ ਕਹਿੰਦੇ ਹੇ ਮਨ ਬੋਰਿਆ ਇਵੇਂ ਨਹੀਂ ਪਰਮਾਤਮਾ ਕੋ ਸਿੱਜਦਾ ਕਹੋ ਕਬੀਰ ਛੂਟਣ ਲਈ ਮਨ ਬੋਲਾਰੇ ਛੂਟਣ ਹਰ ਕਿਸੇ ਉਸ ਅਕਾਲ ਪੁਰਖ ਦੀ ਸੇਵਾ ਕਰਨ ਦੇ ਨਾਲ ਉਹਨੂੰ ਮਨ ਦੇ ਵਿੱਚ ਵਸਾਉਣ ਦੇ ਨਾਲ ਕਹਿੰਦੇ ਛੁੱਟਿਆ ਜਾਣਾ ਉਹੀ ਭਗਤ ਨਾਮਦੇਵ ਜੀ ਕਹਿੰਦੇ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ ਇਹਨਾਂ ਦੇ ਨਾਲ ਵੀ ਪਰਮਾਤਮਾ ਰਿੱਝਦਾ ਉਹ ਕਿਵੇਂ ਰਿੱਝਦਾ ਨਾਰਾਇਣ ਸੁਪਰ ਸੰਗ ਹੋਏ ਤਾਂ ਸੇਵਕ ਨਾਮਾ ਤੂੰ ਤੁਹਾਡੇ ਕਰਮਾਂ ਤੋਂ ਤੁਹਾਡੀ ਬੰਦਗੀ ਤੋਂ ਜੇ ਉਹ ਅਕਾਲ ਪੁਰਖ ਖੁਸ਼ ਹੁੰਦਾ ਤਾਂ ਸੇਵਕ ਦਾ ਜਿਹੜਾ ਕੰਮ ਸਫਲ ਹੈ ਸੋ ਕਿਰਪਾ ਕਰੋ ਸਾਰੇ ਜਪਿਓ ਜੈਸੇ ਆਪਣੇ
Thank you.
ਉਹਨਾਂ ਦੀ ਜਗਤ ਹੁੰਦੀ ਹੈ ਕੋਕੈਂਟੇ ਦੇ ਵਿੱਚ ਉਹਨਾਂ ਦੀ ਗੱਲਬਾਤ ਹੁੰਦੀ ਹੈ ਸਾਰੀ ਉਹ ਆਪਣੇ ਆਪ